ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀਨੇਟਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਅੱਜ ਵਾਲਾ ਆਪਣਾ ਇਹ ਡਿਜ਼ਾਈਨ ਆਪਾਂ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਦੇ ਉੱਪਰ ਬਣਾ ਸਕਦੇ ਆ ਜਿਵੇਂ ਪਹਿਣਾ ਦੇ ਕੋਟੀ ਸਵੈਟਰ ਬੱਚਿਆਂ ਦੇ ਕੋਟੀ ਸਵੈਟਰ ਜੈਂਟਸ ਕੋਟੀ ਸਵੈਟਰ ਹਰ ਇੱਕ ਤਰ੍ਹਾਂ ਦੇ ਕਾਰਡੀਗਨ ਤੇ ਬਣਨ ਵਾਲਾ ਇਹ ਆਪਣਾ ਡਿਜ਼ਾਈਨ ਆ ਡਿਜ਼ਾਈਨ ਸਿਰਫ 4 ਸਲਾਂਜਾਂ ਦਾ ਔਰ ਡਿਜ਼ਾਈਨ ਬਣਾਉਣੀ ਆਪਾਂ 5-5 ਦੇ ਹਿਸਾਬ ਨਾਲ ਕੁੰਡੇ ਲੈ ਕੇ 3 ਕੁੰਡੇ ਵਾਧ ਲੈ ਲੈਣੇ ਨੇ ਤੇ ਫੇਰੇ ਡਿਜ਼ਾਈਨ ਆਪਣਾ ਆਸਾਨੀ ਨਾਲ ਸੈੱਟ ਹੋ ਜਾਊਗਾ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਪਾਂ ਜੋ ਵੀ ਅਗਲੀਆਂ ਵੀਡੀਓ ਪਾਈਏ ਨਵੇਂ-ਨਵੇਂ ਡਿਜ਼ਾਈਨ ਪਾਈਏ ਤਾਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਤੇ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਜੀ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਜੇਕਰ ਤੁਸੀਂ ਬੁਣਦੇ ਹੋ ਤਾਂ ਬੁਣ ਲਵੋ ਆਪਾਂ ਇੱਥੇ ਬਿਨਾ ਬੁਨੇ ਉਤਾਰ ਕੇ ਤਿੰਨ ਕੁੰਡੇ ਸਿੱਧੇ ਬੁਣਾਗੇ ਅਗਲੇ ਦੋ ਕੁੰਡੇ ਆਪਾਂ ਬਿਨਾ ਬੁਨੇ ਉਤਾਰਾਂਗੇ ਇਹੀ ਪੰਜ ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਬਿਨਾ ਬੁਨੇ ਉਤਾਰ ਲੈਣੇ ਨੇ ਅਗਲੇ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਔਰ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਇੱਕ ਸਲਾਈ ਬਣ ਗਈ ਹੁਣ ਆਗੇ ਆਪਾਂ ਦੂਜੀ ਸਲਾਈ ਤੇ ਬੈਕ ਸਾਈਡ ਹਾਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਆਪਾਂ ਧਾਗਾ ਪਿੱਛੇ ਕਰ ਲੈਣਾ ਇਧਰ ਜਿਹੜੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਇਆ ਇਹਨਾਂ ਨੂੰ ਬੈਕ ਸਾਈਡ ਤੇ ਵੀ ਆਪਾਂ ਸਿੱਧੇ ਹੀ ਬਣਾਉਣਾਗਾ ਹੁਣ ਧਾਗਾ ਆਪਣੇ ਵੱਲ ਕਰ ਲੈਣਾ ਦੋ ਕੁੰਡੇ ਜਿਹੜੇ ਬਿਨਾ ਬੁਣੇ ਉਤਾਰੇ ਆ ਇਧਰ ਲਈ ਸਲਾਈ ਚ ਵੀ ਆਪਾਂ ਇਹਨਾਂ ਨੂੰ ਬਿਨਾ ਬੁਣੇ ਹੀ ਉਤਾਰਨਾ ਹੁਣ ਆਗੇ ਆਪਾਂ ਸਿੱਧੇ ਕੁੰਡੇ ਜਿਹੜੇ ਤਿੰਨ ਬਣਾਉਣੇ ਆ। ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਬਿਨਾ ਬੁਨੇ ਉਤਾਰ ਲੈਣੇ ਨੇ। ਫਿਰ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ। ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ। ਦੋ ਸਲਾਈਆਂ ਬਣ ਗਈਆਂ ਨੇ ਜੀ ਤੀਜੀ ਸਲਾਈ ਤੇ ਆ ਗਏ ਆਪਾਂ ਸਿੱਧੇ ਪਾਸੇ। ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਕੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਤਿੰਨ। ਅਗਲੇ ਜਿਹੜੇ ਕੁੰਡੇ ਨੇ ਦੋ ਆਪਾਂ ਬਿਨਾ ਬੁਣੇ ਉਤਾਰੇ ਸੀ। ਇਹਨਾਂ 'ਚੋਂ ਆਪਾਂ ਪਿੱਛੇ ਵਾਲੇ ਕੁੰਡੇ ਨੂੰ ਅੱਗੇ ਲਿਆਉਣਾ ਔਰ ਅੱਗੇ ਵਾਲੇ ਕੁੰਡੇ ਨੂੰ ਆਪਾਂ ਪਿੱਛੇ ਲੈ ਜਾਣਾ। ਐਕਸਟਰਾ। ਤੇ ਇਹਨਾਂ ਨੂੰ ਸਿੱਧੇ ਬੁਣ ਦੇਣਾ। ਅਗਲੇ ਫੇਰ ਤਿੰਨ ਕੁੰਡੇ ਸਿੱਧੇ। ਆਹ ਵਾਲੇ ਕੁੰਡੇ ਨੂੰ ਆਪਾਂ ਜਿਹੜਾ ਅੱਗੇ ਆ ਇਹਨੂੰ ਪਿੱਛੇ ਲੈ ਜਾਣਾ ਔਰ ਪਿੱਛੇ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਅੱਗੇ ਲਿਆਉਣਾ ਤੇ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾਉਣਾਗਾ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਜੀ ਬਣਿਆ ਦੇਖੋ ਬਹੁਤ ਸੋਹਣਾ ਲੱਗੂਗਾ ਫੇਰ ਤਿੰਨ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਦੇਣਾ ਹੁਣ ਆਗੇ ਜੀ ਆਪਾਂ ਬੈਕ ਸਾਈਡ ਚੌਥੀ ਸਲਾਈ ਹੈ ਇਹ ਡਿਜ਼ਾਈਨ ਦੀ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਬੈਕ ਸਾਈਡ ਦੀ ਜਿਹੜੀ ਚੌਥੀ ਸਲਾਈ ਇਹ ਆਪਾਂ ਪੂਰੀ ਉਲਟੀ ਬੁਣਨੀ ਆ ਬਹੁਤ ਪਿਆਰਾ ਡਿਜ਼ਾਈਨ ਆ ਜੀ ਦੇਖੋ ਬਿਨਾ ਜਾਲੀ ਤੋਂ ਇਹ ਡਿਜ਼ਾਈਨ ਆ ਤੇ ਬਣਾਉਣਾ ਵੀ ਆਸਾਨ ਆ ਔਰ ਬਣਿਆ ਵੀ ਬਹੁਤ ਹੀ ਸੋਹਣਾ ਲੱਗਦਾ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣ ਇੱਕ ਵਾਰੀ ਆਪਾਂ ਫੇਰ ਡਿਜ਼ਾਈਨ ਨੂੰ ਰਿਪੀਟ ਕਰਦੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਧਾਗਾ ਪਿੱਛੇ ਕਰ ਲੈਣਾ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਬਿਨਾਂ ਬੁਣੇ ਉਤਾਰਨੇ ਨੇ ਅਗਲੇ ਫੇਰ ਆਪਾਂ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਬਿਨਾਂ ਬੁਣੇ ਉਤਾਰ ਲੈਣੇ ਨੇ ਉਸ ਤੋਂ ਬਾਅਦ ਫੇਰ ਆਪਣੇ ਤਿੰਨ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਦੇਣਾ ਬੈਕ ਸਾਈਡ ਤੇ ਦੂਜੀ ਸਲਾਈ ਹੈ ਡਿਜ਼ਾਈਨ ਦੀ ਇੱਕ ਡਿਜ਼ਾਈਨ ਆਪਾਂ ਪੂਰਾ ਕਰ ਲਿਆ ਹੁਣ ਆਪਾਂ ਦੂਜਾ ਡਿਜ਼ਾਈਨ ਬਣਾ ਰਹੇ ਹਾਂ ਪਹਿਲਾ ਕੁੰਡਾ ਬਿਨਾਂ ਬੁਨੇ ਉਤਾਰ ਕੇ ਧਾਗਾ ਪਿੱਛੇ ਕਰ ਲੈਣਾ ਔਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਨੇ ਬੈਕ ਸਾਈਡ ਤੇ ਵੀ ਇਹ ਵਾਲੇ ਕੁੰਡੇ ਜਿਹੜੇ ਤਿੰਨ ਆ ਸਿੱਧੇ ਹੀ ਬਣਨਗੇ। ਧਾਗਾ ਆਪਣੇ ਵੱਲ ਦੋ ਕੁੰਡੇ ਬਿਨਾ ਬੁਨੇ ਉਤਾਰ ਲੈਣੇ ਨੇ। ਫੇਰ ਆਪਾਂ ਧਾਗਾ ਪਿੱਛੇ ਕਰ ਲੈਣਾ ਤਿੰਨ ਕੁੰਡੇ ਸਿੱਧੇ। ਦੋ ਕੁੰਡੇ ਬਿਨਾ ਬੁਨੇ ਉਤਾਰ ਲੈਣੇ ਨੇ। ਧਾਗਾ ਆਪਣੇ ਵਾਲੀ ਸਾਈਡ ਕਰਕੇ ਦੋ ਕੁੰਡੇ ਬਿਨਾ ਬੁਨੇ ਉਤਾਰ ਲੈਣੇ ਨੇ। ਉਸ ਤੋਂ ਬਾਅਦ ਫੇਰ ਆਪਣੇ ਤਿੰਨ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ। ਡਿਜ਼ਾਈਨ ਦੀਆਂ ਦੋ ਸਲਾਈਆਂ ਬਣ ਗਈਆਂ ਨੇ ਤੀਜੀ ਸਲਾਈ ਤੇ ਆ ਗਏ ਉਸ ਤੋਂ ਬਾਅਦ ਤੁਹਾਨੂੰ ਬਣਿਆ ਹੋਇਆ ਡਿਜ਼ਾਈਨ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਦਾ ਲੱਗਦਾ ਤੇ ਇਹਨਾਂ ਕੁੰਡੇ ਸਿੱਧੇ ਅਗਲੇ ਜਿਹੜੇ ਦੋ ਕੁੰਡੇ ਆਪਾਂ ਬਿਨਾਂ ਬੁਣੇ ਉਤਾਰਿਆ ਇਹਨਾਂ ਨੂੰ ਆਪਾਂ ਉਲਟਾ ਕੇ ਬੁਣਨਾ

ਬੈਕ ਸਾਈਡ ਆ ਗਏ ਚੌਥੀ ਸਲਾਈ ਅੜ ਜਾਂਦੀ ਹੈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਪੂਰੀ ਸਲਾਈ ਆਪਾਂ ਜਿਹੜੀ ਚੌਥੀ ਆ ਇਹ ਉਲਟੀ ਬਣਾ ਕੇ ਕੰਪਲੀਟ ਕਰਦੇ ਆ ਤੇ ਫਿਰ ਤੁਹਾਨੂੰ ਬਣਿਆ ਹੋਇਆ ਇਹ ਡਿਜ਼ਾਈਨ ਦਿਖਾਉਣੀ ਆ ਵੀ ਆਪਣਾ ਇਹ ਡਿਜ਼ਾਈਨ ਬਣ ਕੇ ਕਿਸ ਤਰੀਕੇ ਦਾ ਲੱਗੂਗਾ ਕਿਸ ਤਰ੍ਹਾਂ ਲੱਗੂਗਾ ਦੇ ਲਾਸਟ ਵਾਲਾ ਕੁੰਡਾ ਸਿੱਧਾ ਲਓ ਜੀ ਇਹ ਡਿਜ਼ਾਈਨ ਦੇਖੋ ਆਪਣਾ ਇਸ ਤਰੀਕੇ ਨਾਲ ਬਣ ਕੇ ਤਿਆਰ ਹੋਊਗਾ ਚਾਰ ਸਲਾਈਆਂ ਦਾ ਡਿਜ਼ਾਈਨ ਆ ਇਹਹੀ ਚਾਰ ਸਲਾਈਆਂ ਨੂੰ ਜਦੋਂ ਆਪਾਂ ਬਾਰ-ਬਾਰ ਬਣਾਵਾਂਗੇ ਤੇ ਦੇਖੋ ਡਿਜ਼ਾਈਨ ਆਪਣਾ ਬਣ ਕੇ ਇਸ ਤਰ੍ਹਾਂ ਤਿਆਰ ਹੋਊਗਾ ਦੇਖੋ ਬਣਿਆ ਹੋਇਆ ਡਿਜ਼ਾਈਨ ਇਹ ਕਿੰਨਾ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਉਮੀਦ ਆ ਤੁਸੀਂ ਜਰੂਰ ਪਸੰਦ ਕਰੋਗੇ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡੀਜਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ